ਅੰਦਰ ਆ ਕੇ ਨਹੀਂ ਦੇਖਣਾ, ਆਪਾਂ ਬਾਹਰੋਂ ਬਾਹਰੋਂ ਦੇਖ ਲੈਣਾ। ਵੇਟ ਕਰ ਲੈਂਦੇ ਹਾਂ, ਚੱਕ ਨਹੀਂ ਖਾਣਾ। ਕੋਲਡ ਬਟਰ ਹੋਰ ਕਿੰਨਾ ਕੁਛ ਪਿਆ। ਜਨਤਾ ਦੇਖੋ ਪਹਿਲਾਂ ਕਿੰਨੀ ਖੜੀ ਹੈ ਇੱਥੇ ਦੇਖਣ ਆਈ, ਪੱਥਰਾਂ ਨੂੰ ਦੇਖਣ ਆਈ, ਦੇਖੋ ਕਿਵੇਂ ਖੜੇ ਆ ਲੋਕ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਮਾਰਨਿੰਗ, ਮਤਲਬ ਗੁੱਡ ਦੁਪਹਿਰ ਹੋ ਗਈ। ਅਸੀਂ ਹਾਂ ਜੀ ਸਪੇਨ ਦੇ ਵਿੱਚ, ਸਪੇਨ ਘੁੰਮਦੇ ਹਾਂਗੇ, ਨਾਲ ਦੀ ਨਾਲ ਤੁਹਾਨੂੰ ਵੀ ਘੁੰਮਾਵਾਂਗੇ। ਗੁਰਲੀਨ ਆਪਣੇ ਨਾਲ ਆ, ਬਲਵੀਰ ਵੀ ਆਪਣੇ ਨਾਲ ਆ, ਗੁਰਮਨ ਵੀ ਆਪਣੇ ਨਾਲ ਆ। ਅਸੀਂ ਹੁਣ ਲੈਣੀ ਹੈ ਇੱਥੋਂ ਟ੍ਰੇਨ, ਟ੍ਰੇਨ ਦਾ ਅਸੀਂ 10 ਯੂਰੋ ਦਾ ਕਾਰਡ ਬਣਾਇਆ ਜਿਹੜਾ ਕਿ 3 ਮਹੀਨੇ ਤੱਕ ਚੱਲੂਗਾ। ਇੱਥੋਂ ਹੁਣ ਅਸੀਂ ਟ੍ਰੇਨ ਫੜ ਕੇ ਜਾਣਾ ਗਾ ਬਾਰਸਲੋਨਾ, ਅਤੇ ਬਾਰਸਲੋਨਾ ਘੁੰਮਦੇ ਹਾਂ, ਉੱਥੇ ਨਜ਼ਾਰੇ ਦੇਖ ਦਿਆਂਗੇ। ਅਤੇ ਸਾਨੂੰ ਲੱਗ ਜਾਣਾ 1 ਘੰਟਾ ਇੱਥੋਂ ਸਾਡੇ ਘਰ ਤੋਂ, ਜਿਹੜਾ ਰੇਲਵੇ ਸਟੇਸ਼ਨ ਆ ਉਹ ਸਿਰਫ 10 ਕੁ ਉੱਧਰ ਹੀ ਜਾਣਾ ਪੁੱਤ, ਆਪਾਂ ਅੰਦਰ ਅੰਦਰ ਦੀ ਜਾਣੇ ਮੈਨੂੰ ਲੱਗਦਾ। ਅਤੇ ਸਾਡੇ ਘਰ ਤੋਂ ਸਿਰਫ 10 ਕੁ ਮਿੰਟ ਦੂਰ ਆ ਟ੍ਰੇਨ ਸਟੇਸ਼ਨ ਇਹਨਾਂ ਦਾ। ਅਤੇ ਇੱਥੋਂ ਹੁਣ ਚੱਲਿਆ ਆਪਾਂ ਬਾਰਸਲੋਨਾ, ਜਿਵੇਂ ਦੱਸਿਆ ਆਪਾਂ, ਗਰਮੀ ਬੜੀ ਆ, 35-36 ਡਿਗਰੀ ਹੋ ਜਾਂਦਾ, ਬਾਹਰੇ ਨਿਕਲਣ ਨੂੰ ਦਿਲ ਨਹੀਂ ਕਰਦਾ। ਅਤੇ ਸ਼ਾਮ ਨੂੰ 7 ਵਜੇ ਮੌਸਮ ਠੀਕ ਹੁੰਦਾ, ਫਿਰ ਬਾਹਰੇ ਨਿਕਲਦੇ ਹਾਂ। ਉਹ ਦੇਖੋ ਗੁਰਮਨ ਗੁਰਲੀਨ ਹੁਣ ਛਾਂ 'ਚ ਭੱਜ ਕੇ ਗਈ ਆ ਉੱਧਰ ਨੂੰ, ਤਾਂ ਕਿ ਇੱਥੇ ਗਰਮੀ ਨਾ ਲੱਗੇ, ਧੁੱਪ ਜਾਣੀ ਕਿ ਰਾੜਦੀ ਆ ਬੰਦੇ ਨੂੰ ਵਧੀਆ, ਹੈ ਨਾ। ਅਤੇ ਹੁਣ ਅਸੀਂ ਚੱਲਿਆਂਗੇ ਬਾਰਸਲੋਨਾ, ਉੱਥੇ ਜਾ ਕੇ ਤੁਹਾਨੂੰ ਬਾਰਸਲੋਨਾ ਦੇ, ਸਪੇਨ ਦੇ ਉੱਥੇ ਦੇ ਨਜ਼ਾਰੇ ਦਿਖਾਉਂਦੇ ਹਾਂ। ਚਲੋ ਆਪਾਂ ਚੱਲੀਏ ਅੰਦਰ ਰੇਲਵੇ ਸਟੇਸ਼ਨ, ਆ ਰੇਲਵੇ ਸਟੇਸ਼ਨ ਇਹਨਾਂ ਦਾ। ਆਹ ਲੱਗਿਆ ਇੱਥੇ ਸਿਸਟਮ, ਇੱਥੇ ਤੁਹਾਨੂੰ ਕਾਰਡ ਰੱਖਣਾ ਪੈਂਦਾ, ਗੇਟ ਤਾਂ ਖੋਲ੍ਹਿਆ ਗਏ, ਗੇਟ ਰੱਖ ਕੇ ਗੇਟ ਖੁੱਲ ਜਾਂਦਾ, ਗੇਟ ਰੱਖ ਕੇ ਕਾਰਡ ਰੱਖ ਕੇ ਗੇਟ ਖੋਲ੍ਹਿਆ ਬੰਦਾ ਅੰਦਰ ਆ ਜਾਂਦਾ। ਟ੍ਰੇਨ ਆ ਬੜੀ ਸੋਹਣੀ, ਅੰਦਰ ਸੀਟਾਂ ਬੜੀਆਂ ਸੋਹਣੀਆਂ ਨੇਗੀਆਂ। ਉਹ ਜੀ ਅਸੀਂ ਆ ਗਏ ਸੀ ਬਾਰਸਲੋਨਾ, 5 ਕੁ ਮਿੰਟ ਹੋ ਗਏ ਸਾਨੂੰ ਉਤਰੇ ਨੂੰ ਟ੍ਰੇਨ ਦੇ ਵਿੱਚੋਂ। ਅਤੇ ਅਸੀਂ ਜਾਣਾ ਗਾ ਉਹ ਦੇਖਣ ਪੈਲੇਸ ਫੈਮਿਲੀ, ਪਤਾ ਨਹੀਂ ਉਹਦਾ ਨਾਂ ਕੀ ਇਹਨਾਂ ਦੀ ਬੋਲੀ ਦੇ ਵਿੱਚ, ਜਿਹਨੂੰ ਬਣਦੇ ਨੂੰ ਕਈ ਸਾਲ ਹੋ ਗਏ, ਬੜਾ ਪ੍ਰਸਿੱਧ ਜਿਹਾ ਡਿਜ਼ਾਇਨ ਜਿਹਾ ਗੇ। ਬਾਕੀ ਜਾ ਕੇ ਦਿਖਾਉਣਾ ਉੱਥੇ ਨਾਂ ਕੀ ਆ ਉਹਦਾ, ਸਾਨੂੰ ਹੁਣ ਯਾਦ ਨਹੀਂ ਆ ਰਿਹਾ ਹੈਗਾ, ਉਹ ਸਿੱਧਾ ਜਾਣਾ ਮੇਰੇ ਖਿਆਲ ਦੇ ਵਿੱਚ। ਖੁੱਲ੍ਹੇ ਖੁੱਲ੍ਹੇ ਰੋਡ ਆ ਹੈ ਨਾ,
ਆਹ ਤੁਰਨ ਨੂੰ ਵੀ ਖੁੱਲ੍ਹਾ ਡੁੱਲਾ ਇੱਥੇ ਲਾਲ ਬੱਤੀ ਹੋ ਗਈ ਸਟੋਪ ਅਤੇ ਲੰਘ ਜਾਈਏ ਖੜੇ ਖੜੇ ਲੰਘ ਜਾ ਲਾਲ ਬੱਤੀ ਹੋ ਗਈ ਜੀ ਖੁੱਲਾ ਡੁੱਲਾ ਏਰੀਆ ਨਾ ਖੁੱਲ ਕਿੰਨੀ ਆ ਕਿੱਡੇ ਕਿੱਡੇ ਰੋਡ ਆ ਸਾਈਡਾਂ ਤੇ ਤੁਰਨ ਨੂੰ ਖੁੱਲਾ ਡੁੱਲਾ ਉਹ ਇੱਥੇ ਸਾਂ ਵਿੱਚ ਖੜ੍ਹੇ ਸੀਗੇ ਤਾਂ ਇੱਥੇ ਵਕੇਣ ਲੱਗੀ ਆ ਡਕੋਲੀਆਂ ਲੱਗੀਆਂ ਨਾਲ ਅਸੀਂ ਆ ਗਏ ਸੀ ਉਹ ਡੈਸਟੀਨੇਸ਼ਨ 'ਤੇ ਚਲੋ ਹਰੀ ਹਰੀ ਹੋ ਗਈ ਹਾਂ ਆਹ ਸਾਰੀਆਂ ਵਕੇਨਾਂ ਨੇ ਇਹ ਲੱਗੀਆਂ ਹੋਈਆਂ ਬੜੀ ਸੋਹਣੀ ਲੱਗਦੀ ਹੈ ਲੱਗੀ ਹੋਈ ਇੱਥੇ ਚਲੋ ਜੀ ਆਪਾਂ ਦਿਖਾਉਂਦੇ ਹਾਂ ਆਪਦਾ ਡੈਸਟੀਨੇਸ਼ਨ ਜਿੱਥੇ ਆਪਾਂ ਆਏ ਹਾਂ ਅੱਜ ਉਹ ਵਧੀਆ ਜਗ੍ਹਾ ਹੈਗੀ ਆ ਨਾ ਖੁੱਲ੍ਹੀਆਂ ਖੁੱਲ੍ਹੀਆਂ ਸੜਕਾਂ ਖੁੱਲ੍ਹਾ ਖੁੱਲ੍ਹਾ ਮੌਸਮ ਹੈ ਨਾ ਅਗਲੀ ਗਰਮੀ ਆ ਕਹਿੰਦੀ ਵਾਲੀ ਬਲਵੀਰ ਆ ਸਾਰੀਆਂ ਵਕੇਨਾਂ ਵੱਡੀਆਂ ਵੱਡੀਆਂ ਆ ਸਾਰੀਆਂ ਡੇਕਾਂ ਡਕੋਲੀਆਂ ਲੱਗੀਆਂ ਉਹ ਦੇਖ ਲੈ ਬੱਲੇ ਬੱਲੇ ਜਾਵੀ ਮੌਸਮ ਇੰਡੀਆ ਵਾਲੇ ਆ ਸੀ ਆ ਸੀ ਹਲੇ ਰਾਹ ਦੇਖਣਾ ਜਾਂਦਾ ਕਿੱਧਰੋਂ ਹਲੇ ਕਰੇਨਾਂ ਲੱਗੀਆਂ ਨੇ ਹਲੇ ਕੰਮ ਪੂਰਾ ਨਹੀਂ ਹੋਇਆ ਇਹਦਾ ਇਹਦਾ ਰਾਹ ਜਿਹਾ ਦੇਖਦੇ ਹਾਂ ਕਿੱਧਰੋਂ ਦਿਖੂਗਾ ਸਾਰਾ ਜਾ ਕੇ ਇਹ ਉਹ ਜੀ ਨਾ ਇਹਦਾ ਯਾਦ ਆ ਗਿਆ ਉਸ ਨੈੱਟ 'ਤੇ ਦੇਖਿਆ ਇਹਨੂੰ ਕਹਿੰਦੇ ਆ ਇਹਨਾਂ ਦੀ ਬੋਲੀ 'ਚ ਕਹਿੰਦੇ ਸਗਰਾਦਾ ਫਮੀਲੀਆ ਸਗਰਾਦਾ ਫਮੀਲੀਆ ਅਤੇ ਇਹਦੇ ਲੱਗਣੀ ਆ ਟਿਕਟ ਅੰਦਰ ਜਾਣ ਦੀ ਉਹ ਆਪਾਂ ਅੰਦਰ ਆ ਕੇ ਨਹੀਂ ਦੇਖਣਾ ਆਪਾਂ ਬਾਹਰੋਂ ਬਾਹਰੋਂ ਦੇਖ ਲੈਣਾ ਆਹ ਦੇਖੋ ਇੱਦਾਂ ਦੀ ਆ ਉਹ ਉੱਪਰ ਬਣਿਆ ਬੰਦਿਆਂ ਦੇ ਪਰਜੇ ਲੱਗਿਆ ਚਿੱਟੇ ਚਿੱਟੇ ਜਿਹੇ ਬੰਦੇ ਬਾਕੀ ਦੇਖ ਸਕਦੇ ਹੋ ਆ ਕਰੇਨ ਲੱਗੀ ਆ ਨਾਲ ਹਲੇ ਬਣ ਰਿਹਾ 2026 ਕੰਪਲੀਟ ਹੋ ਜੂ ਅੱਗੇ ਚੱਲ ਕੇ ਦੇਖੀਏ ਉੱਧਰ ਨੂੰ ਯਾ ਇੱਧਰ ਨੂੰ ਹੀ ਜਾਂਦੇ ਆ ਨਾ ਟਿਕਟ ਬੂਟੇ ਬਾਟੇ ਦਾ ਮੈਂ ਦੇਖਿਆ ਇੱਥੇ ਆਪਣੇ ਇੰਡੀਆ ਵਾਲੇ ਹਿਸਾਬ ਕਿਤਾਬ ਆ ਡਕੇਨਾਂ ਬਕੇਨਾਂ ਹੀ ਆ ਇੰਡੀਆ ਵਾਲੇ ਬੂਟੇ ਲੱਗੇ ਆ ਸਰੀਂ ਹੋ ਗਿਆ ਜਿਵੇਂ ਸਰੀਂ ਹੁੰਦਾ ਆਪਣਾ ਆਹਾ ਉਹ ਟਾਈਪ ਦੇ ਆ ਆ ਲੋਕ ਟੇਬਲਾਂ 'ਤੇ ਬੈਠੇ ਆ ਗਏ ਧੁੱਪ ਬੜੀ ਆ ਗਰਮੀ ਬੜੀ ਆ ਘੰਟੀ ਵੱਜ ਗਈ ਕਿਸੇ ਦੀ ਲੋਕ ਅੰਦਰ ਵੀ ਆ ਰਿਹਾ ਉੱਥੇ ਉੱਥੋਂ ਦੀ ਐਂਟਰੀ ਆ ਮੇਰੇ ਖਿਆਲ 'ਚ ਗਲੀ ਨਾ ਇੱਧਰ ਆ ਕੇ ਦੇਖਦੇ ਹਾਂ ਓਏ ਆਹ ਦੇਖੋ ਜੀ ਚਲੋ ਜੀ ਅਸੀਂ ਆ ਗਏ ਸੀ ਇੱਥੇ ਦੇਖਣ ਲਈ ਬਾਹਰੋਂ ਬਾਹਰੋਂ ਦੇਖ ਲਿਆ ਗੁਰਲੀਨ ਨੇ ਵੀ ਦੇਖ ਲਿਆ ਗੁਰਮਨ ਨੇ ਵੀ ਦੇਖ ਲਿਆ ਮੰਮਾ ਨੇ ਵੀ ਦੇਖ ਲਿਆ ਹੈ ਦੇਖਿਆ ਨਹੀਂ ਸਾਰਿਆਂ ਨੇ ਦੇਖ ਲਿਆ ਅੱਛਾ ਗੁਰਮਨ ਸੌ ਗਿਆ ਸੋਹਣਾ ਪੁੱਤੂ ਓਕੇ ਚਲੋ ਥੋੜ੍ਹੇ ਜਿਹੇ ਕੋਲੇ ਆ ਕੇ ਦੇਖ ਸਕਦੇ ਹਾਂ ਤਾਂ ਬੱਸਾਂ ਖੜੀਆਂ ਹੈ ਨਾ ਉਹ ਬੱਸਾਂ ਖੜੀਆਂ ਉਹ ਉੱਧਰ ਚੱਲਦੇ ਬਲਵੀਰ ਅੱਗੇ ਲਿਆ ਥੋੜ੍ਹਾ ਜਿਹਾ ਅੱਗੇ ਚੱਲ ਕੇ ਦੇਖਦੇ ਕੀ ਮਾਹੌਲ ਆ
ਬਾਕੀ ਲੋਕ ਖੜੇ ਆ, ਫੋਟੋ ਫੋਟੋ ਖਿਚਾ ਰਹੇ, ਠੰਡੀ ਠੰਡੀ ਹਵਾ ਚੱਲਣ ਲੱਗ ਗਈ, ਅੱਗ ਲੱਗੀ ਪਈ ਯਾਰ, ਗਰਮੀ ਬਾਹਲੀ ਆ। ਆਹ ਦੇਖੋ ਬਕੇਨਾ, ਡਕੇਨਾ ਬਕੇਨਾ ਆਪਣੀਆਂ ਇੱਕ ਦੂਜੀਆਂ ਨੇ, ਇਹ ਤਾਂ ਦੂਜੀਆਂ ਲੱਗਦੀਆਂ ਹੈਗੀਆਂ, ਸੇਮ ਉਹੀ ਚੀਜ਼ ਆ, ਪਰ ਉਹ ਪਿੱਛੇ ਉਹੀ ਸੀਗੀਆਂ ਆਪਣੀਆਂ ਵਾਲੀਆਂ। ਖੜੇ ਆ ਲੋਕ ਲਾਈਨਾਂ ਲਾਈ, ਉੱਧਰ ਹੀ ਚੱਲਦੇ ਆ, ਉੱਧਰ ਹੀ ਉੱਧਰ ਆ। ਪਾਣੀ ਆ, ਪਾਣੀ ਪੀ ਸਕਦੇ ਹੋ ਇੱਥੇ ਫ੍ਰੀ ਦਾ, ਪਾਣੀ ਮਿਲਦਾ ਠੰਡਾ ਠੰਡਾ, ਹੈ ਕਿ ਨਹੀਂ? ਹਾਂ, ਆਹ ਦੇ ਆਹ ਨੇੜੇ ਆ ਗਏ ਬਿਲਕੁਲ, ਇੱਥੋਂ ਵਧੀਆ ਦਿੰਦਾ ਵਿਊ ਹੈ, ਆਹ ਵਿਊ ਵਧੀਆ ਦਿੰਦਾ ਬਾਈ, ਇੱਥੇ ਨਹੀਂ ਆ ਰਿਹਾ ਥੋੜ੍ਹਾ ਜਿਹਾ, ਇੱਥੇ ਕੱਢ ਕੇ ਦੇਖਦੇ ਹਾਂ ਗਲੀਨ, ਆਹ ਸੀ ਵਧੀਆ ਵਿਊ। ਇੱਥੇ ਵਧੀਆ ਨਾ, ਇੱਥੋਂ ਸ਼ੁਰੂ ਹੋ ਜਾਂਦਾ, ਸਟਾਰਟ ਹੋ ਜਾਂਦਾ, ਤਾਹਾਂ ਨੂੰ ਜਾਂਦਾ 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 ਉਹ ਚਲਾ ਜਾਂਦਾ ਉੱਪਰ ਤੱਕ, ਉੱਪਰ ਆ ਖੜੇ ਆ ਬੰਦੇ ਫਰ ਲਾਈ। ਹਾਂ ਓਕੇ, ਤੇ ਗੁਰਮੁਖ ਸੁੱਤਾ ਪਿਆ, ਸੁੱਤੇ ਪਏ ਦੀ ਵੀਡੀਓ ਬਣਾ ਲੈਂਦੇ, ਫਿਰ ਕਹੂਗਾ ਮੈਨੂੰ ਨਹੀਂ ਲੈ ਕੇ, ਮੈਨੂੰ ਨਹੀਂ ਦਿਖਾਇਆ, ਇਹਨੂੰ ਠਾਲ ਲੈਂਦੇ ਹਾਂ। ਜਨਤਾ ਦੇਖੋ ਪਹਿਲਾਂ ਕਿੰਨੀ ਖੜੀ ਹੈ ਇੱਥੇ, ਦੇਖਣ ਆਈ ਬਾ ਪੱਥਰਾਂ ਨੂੰ ਦੇਖਣ ਆਈ, ਦੇਖੋ ਕਿਵੇਂ ਖੜੇ ਆ ਲੋਕ, ਉਧਰੋਂ ਆਉਂਦੇ ਆ, ਇਧਰੋਂ ਆਉਂਦੇ ਆ, ਸਾਰੀ ਜਗ੍ਹਾ ਤੋਂ ਆਉਂਦੇ ਆ, ਉਹ ਖੜੀ ਆ ਸਿਕਿਉਰਿਟੀ ਸਾਹਮਣੇ, ਅੰਦਰ ਜਾ ਰਹੇ ਹੈਗੇ ਲੋਕ, ਉਹ ਅੰਦਰ ਜਾ ਰਹੇ ਹੈਗੇ, ਲਾਈਨਾਂ ਲੱਗੀਆਂ ਅੰਦਰ ਜਾਣ ਵਾਲੇ ਦੀਆਂ ਵੀ, ਅੱਗੇ ਚੱਲੀਏ ਦੇਖੀਏ। ਬਲਵੀਰ ਆ ਜਾ ਕੁਛ ਟਾਈਮ, ਆ ਜਾ ਲੈਂਦੇ ਹਾਂ, ਕੋਈ ਨਾ ਵੇਟ ਕਰ, ਵੇਟ ਕਰ ਲੈਂਦੇ ਹਾਂ, ਮਾਤ ਖਾਣ ਨੂੰ ਵੀ ਆ, ਗੋਤਰੀਆਂ ਗੋਤਰੀਆਂ ਪਏ ਇੱਥੇ ਖਾਣ ਵਾਲੀਆਂ, ਚੱਕਣਾ ਨਹੀਂ ਪੁੱਤ, ਚੱਕ ਨਹੀਂ ਖਾਣਾ, ਚੱਕ ਨਹੀਂ ਖਾਣਾ, ਕੋਲਡ ਬਟਰ ਹੋਰ ਕਿੰਨਾ ਕੁਛ ਪਿਆ, ਆ ਨਾਲ ਹੀ ਮੈਕਡੋਨਲਡ ਆਈ, ਆਹ ਦੂਸਰੀ ਸਾਈਡ ਆ ਗਈ ਇਹਦੀ, ਸਗਰਾਦਾ ਦੀ ਫਮਿਲੀਆ, ਆਹ ਏਰੀਆ ਆਲੇ ਦੁਆਲੇ ਦਾ ਸਾਰਾ ਵਧੀਆ ਬਣਿਆ ਹੋਇਆ, ਖੁੱਲ੍ਹਾ ਡੁੱਲਾ, ਮੈਕਡੋਨਲਡ ਦੇ ਗਾਹ ਪਿਆ ਹੋਣਾ, ਚੱਲੀ ਅੰਦਰ ਫੈਮਲੀ, ਉਹ ਭਾਈ ਖੜੇ ਹਲੇ ਚੱਲੀ ਜਾ ਰਿਹਾ ਇਹ ਕੰਮ, ਇਹਦਾ ਛੋਟਾ ਛੋਟਾ ਜਿਹਾ ਬਰੀਕੀ ਬਰੀਕੀ ਇਹਦਾ ਕੰਮ ਆ ਨਾ ਵੀਰ, ਬਾਹਲਾ ਤਾਂ ਕਰਕੇ ਇੰਨਾ ਟਾਈਮ ਲਾਦਾ, ਮੈਂ ਲਾਦਾ ਪਤਾ ਨਹੀਂ ਕੀ ਬਣ ਕੇ ਤਿਆਰ ਹੋ, ਐਂਡ ਤੇ ਲਾਸਟ ਤੇ ਬਾਹਲਾ ਜ਼ੋਰ ਮਾਰੀ ਜਾਂਦੇ ਆ, ਅਸੀਂ ਹੁਣ ਮੈਕਡੋਨਲ ਤੇ ਆ ਗਏ ਸੀ ਵੀ ਚਲੋ ਇੱਥੇ ਥੋੜ੍ਹਾ ਬਹੁਤਾ ਖਾਂਦੇ ਪੀਂਦੇ ਹਾਂ ਕੁਛ, ਅਤੇ ਇਹਦੇ ਕੋਲ ਹੀ ਆ ਇਹ ਆਹ ਜਿਹੜਾ ਬਣਿਆ ਹੋਇਆ
ਸਗਰਾਦਾ ਦੀ ਫੈਮਿਲੀਆ ਦਾ ਨਾਲ ਹੀ ਇੱਥੇ ਹੀ ਆ ਮੈਕਡੋਨਲ ਸਾਹਮਣੇ, ਆਈਸਕ੍ਰੀਮ ਵਾਲੀ ਦੁਕਾਨ ਇੱਧਰ ਆ, ਉੱਧਰ ਵੀ ਆ, ਉਹ ਫਾਈਵ ਗਾਈਜ਼ ਆ ਜਿਹੜਾ ਬਣਿਆ ਹੋਇਆ ਵਧੀਆ ਜਗ੍ਹਾ।